ਬਈ ਲਾਲੀ ਬਟਾਲੇ ਵੱਲੋਂ ਸਾਰੇ ਮੇਰੇ ਉਹਨਾਂ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਮੇਰੇ ਪੇਜ ਦੇ ਨਾਲ ਜੁੜੇ ਆ ਜਾਂ ਵੀਡੀਓ ਦੇਖਦੇ ਆ। ਪਰ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਜ਼ਰੂਰੀ ਆ, ਖਾਸ ਕਰਕੇ ਆਪਣੇ ਪੰਜਾਬੀ ਉਹਨਾਂ ਭਰਾਵਾਂ ਵਾਸਤੇ ਜਿਨ੍ਹਾਂ ਨੇ ਪੇਜ ਬਣਾਏ ਆ। ਔਰ ਆਹ ਦੇਖੋ, ਇਸ ਵੀਰ ਦੀ ਫੋਟੋ ਬਾਰ 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 ਸ਼ੇਅਰ ਕਰ ਰਹੇ ਆ ਕਿ ਇਹ ਵੀਰ ਮਲੇਸ਼ੀਆ ਦੀ ਜੇਲ੍ਹ ਦੇ ਵਿੱਚ ਬੰਦ ਆ ਅਤੇ ਦਿਮਾਗੀ ਹਾਲਤ ਇਹਦੀ ਖਰਾਬ ਆ। ਅਸਲੀ ਸੱਚ ਕੀ ਆ, ਵੀਡੀਓ ਚੱਲਦੀ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਜਿਹੜੀਆਂ ਗਲਤ ਪੋਸਟਾਂ ਪੈਣ ਡੀਆਂ ਵਾ, ਬਈ ਉਹਨਾਂ ਨੂੰ ਰੋਕਿਆ ਜਾ ਸਕੇ। ਇੱਕ ਹਫ਼ਤਾ ਪਹਿਲਾਂ ਇੱਕ ਪੋਸਟ ਸ਼ੇਅਰ ਕੀਤੀ ਕਿਸੇ ਵੀਰ ਦੇ ਕਹਿਣ 'ਤੇ ਕਿ ਉਹਦਾ ਕੋਈ ਰਿਸ਼ਤੇਦਾਰ ਆ। ਇਹ ਵੀਰ ਦਾ ਨਾਂ ਹਜੇ ਤੱਕ ਪੇਜਾਂ ਵਾਲਿਆਂ ਨੂੰ ਨਹੀਂ ਪਤਾ ਵੀ ਕੀ ਆ, ਪਰ ਵੀਡੀਓ ਨੂੰ ਚਲਾਈ ਫੋਟੋ ਨੂੰ ਸ਼ੇਅਰ ਕਰੀ ਜਾਂਦੇ ਆ, ਹੈ ਨਾ। ਹੁਣ ਆਹ ਦੇਖਿਓ, ਥੋੜ੍ਹਾ ਚਿਰ ਪਹਿਲਾਂ ਮੈਨੂੰ ਆਹ ਪੋਸਟ ਆਈ ਸੀ ਕਿਸੇ ਵੀਰ ਤੋਂ ਕਿ ਇਹ ਵੀਰ ਦਾ ਨਾਂ ਅੰਮ੍ਰਿਤਪਾਲ ਸਿੰਘ ਆ ਅਤੇ ਸਾਡੇ ਬਟਾਲੇ ਦੇ ਲਾਗੋਂ ਰੰਗੜ ਨਗਰ ਪਿੰਡ ਦਾ ਵਾ ਅਤੇ ਇਹ ਵੀਰ ਦੁਬਈ ਦੇ ਅੰਜਮੁਨ ਸ਼ਹਿਰ ਵਿੱਚ ਆਇਆ ਅਤੇ ਕਿੰਨੀ 12 ਤਰੀਕ 12ਵੇਂ ਮਹੀਨੇ ਤੋਂ ਇਹ ਵੀਰ ਲਾਪਤਾ, ਇਹਦਾ ਕੋਈ ਪਤਾ ਨਹੀਂ ਲੱਗ ਰਿਹਾ ਅਤੇ ਕਿਸੇ ਸੱਜਣ ਵੀਰ ਨੇ ਸਾਡੇ ਕੋਲੋਂ ਵੀਡੀਓ ਪਵਾਈ ਇਹਦੀ, ਲਾਲੀ ਵੀਰ ਬਟਾਲੇ 'ਤੇ ਤੁਸੀਂ ਵੀਡੀਓ ਵੀ ਦੇਖ ਸਕਦੇ ਹਾਂ। ਅਤੇ ਵੀਰੇ, ਕੁਝ ਚਿਰ ਬਾਅਦ ਇਸ ਵੀਰ ਨੂੰ ਕਿਸੇ ਸੱਜਣ ਮਿੱਤਰ ਨੇ ਦੁਬਈ ਦੀ ਹਸਪਤਾਲ ਕਿ ਜੇਲ੍ਹ ਦੇ ਵਿੱਚ ਇਹ ਬੰਦ ਆ ਵੀਰ, ਵਾਕਿਆ ਇਹਦੀ ਹਾਲਾਤ ਜਿਹੜੀ ਦਿਮਾਗੀ ਪਰੇਸ਼ਾਨੀ ਸੀਗੀ ਉਹਦਾ ਕਰਕੇ ਇਹ ਵੀਰ ਸ਼ਾਇਦ ਹਸਪਤਾਲ ਦੇ ਨਹੀਂ ਜੇਲ੍ਹ ਦੇ ਵਿੱਚ ਸੀਗਾ। ਹੁਣ ਵੀਰ ਜੀ, ਪਤਾ ਨਹੀਂ ਕਿ ਮੈਂ ਸੱਚਾ ਵਾਂ ਕਿ ਜਾਂ ਪੇਜਾਂ ਵਾਲੇ ਸੱਚੇ ਆ, ਕੌਣ ਸੱਚਾ ਦੋਵਾਂ ਵਿੱਚੋਂ। ਆਹ ਦੇਖਿਓ, ਆਹ ਫੋਟੋ ਵੀਰ ਦੀ ਆਈ ਹੈ ਨਾ, ਅਤੇ ਆਹ ਨਾਲ ਮੈਂ ਉਹਦੇ ਰਿਸ਼ਤੇਦਾਰ ਦੀ ਆਡੀਓ ਚਾਲੂ ਕਰਨ ਲੱਗਾ। ਫਿਰ ਵੀ ਜੇ ਕੋਈ ਸਬੂਤ ਚਾਹੀਦਾ ਤਾਂ ਵੀਰ ਜੀ ਮੈਂ ਦੇਣ ਨੂੰ ਤਿਆਰ ਹਾਂ। ਉਹਦੇ ਘਰ ਦੇ ਕਹਿਣ ਡਿਆ ਕਿ ਸਾਡਾ ਮੁੰਡਾ ਸਾਨੂੰ ਲੱਭ ਪਿਆ ਵਾ, ਉਹਦੇ ਰਿਸ਼ਤੇਦਾਰ ਕਹਿਣ ਡਿਆ ਕਿ ਸਾਡਾ ਮੁੰਡਾ ਸਾਨੂੰ ਲੱਭ ਪਿਆ। ਖਾਸ ਕਰਕੇ ਦੁਬਈ ਵਾਲੇ ਭਰਾਵਾਂ ਨੂੰ ਬੇਨਤੀ ਆ, ਸੱਚ ਦੱਸੋ ਕੀ ਆ, ਇਹ ਬੰਦਾ ਮਲੇਸ਼ੀਆ ਵਿੱਚ ਆ, ਇਹਦਾ ਨਾਂ ਅੰਮ੍ਰਿਤਪਾਲ ਸਿੰਘ ਅਤੇ ਕੋਈ ਹੋਰ ਨਾਮ ਆ, ਆਹ ਧਿਆਨ ਨਾਲ ਵੇਖ ਲਿਓ। ਹੁਣ ਆਪਾਂ ਇੱਕ ਆਡੀਓ ਚਾਲੂ ਕਰਾਂਗੇ ਵੀਰਿਓ, ਆਡੀਓ ਧਿਆਨ ਦੇ ਨਾਲ ਸੁਣਿਓ। ਹਾਂਜੀ ਵੀਰ ਜੀ, ਆਹ ਵੇਖੋ ਨਾ, ਇਹ ਬਾਅਦ 'ਚ ਫਿਰ ਮੁੰਡਾ ਇੱਕ ਦੁਬਈ ਉਹਨੇ ਮਤਲਬ ਇੱਦਾਂ ਡਰਾਈਵਰ ਹੀ ਉਹਨੇ ਲੱਭਿਆ ਅਤੇ ਕਹਿੰਦਾ ਵੀ ਜੇਲ੍ਹ ਦੇ ਵਿੱਚ ਹੈ। ਹੁਣ ਮੇਰੇ ਹਿਸਾਬ ਨਾਲ ਮੈਂ ਕੀਤੀ ਗੱਲ ਤਾਂ ਕਹਿਣ ਡਿਆ ਵੀ 5-6 ਤਰੀਕ ਨੂੰ ਸ਼ਾਇਦ ਉਹਨੂੰ ਸਾਡੇ 'ਤੇ ਜਾਣਗੇ ਇੰਡੀਆ। ਇਹ ਤਾਂ ਮਤਲਬ ਮੈਂਟਲੀ ਇੱਦਾਂ ਹੋ ਗਈ ਨਾ ਪ੍ਰੋਬਲਮ, ਇਹ ਕਰਕੇ ਰਮੋਨ ਹਟ ਗਿਆ। ਹਾਂਜੀ ਵੀਰ ਜੀ, ਤੁਸੀਂ ਸੁਣ ਲਿਆ, ਇਹ ਵੀਰ ਹੁਣੀ ਕਹਿਣ ਡਿਆ ਕਿ ਇਹ ਮੁੰਡਾ ਦੁਬਈ ਦੇ ਵਿੱਚ ਆ, ਅੰਜਮਨ ਸ਼ਹਿਰ ਦੇ ਵਿੱਚ ਇਹਦੇ ਦਿਮਾਗ 'ਚ ਨੁਕਸ ਪਿਆ ਸੀਗਾ। ਹੁਣ ਮੈਂ ਬੇਨਤੀ ਕਰਦਾ ਆਪਣੇ ਜਿਹੜੇ ਬਹੁਤ ਸਾਰੇ ਸੱਜਣ ਮਿੱਤਰਾਂ ਨੇ ਪੇਜ ਬਣਾਏ ਆ ਵੀਰ, ਉਹ ਹੱਥ ਬੰਨ੍ਹ ਕੇ ਬੇਨਤੀ ਆ, ਜਾਣ ਵੀਰ ਇਹਦਾ ਨਾਂ ਵੀ ਦੱਸੋ ਤੁਸੀਂ, ਨਾਂ ਇਹਦਾ ਕੀ ਰੱਖਿਆ ਵਾ, ਕਿ ਸਿਰਫ ਅਸੀਂ ਲਾਈਕ ਸ਼ੇਅਰ ਵਾਸਤੇ ਕਿਸੇ ਦੀ ਵੀਡੀਓ ਪਾ ਦਿੰਦੇ ਹਾਂ, ਜਾਂ ਚਲੋ ਠੀਕ, ਗਲਤੀਆਂ ਸਾਡੇ ਤੋਂ ਵੀ ਹੋ ਜਾਂਦੀਆਂ। ਪਰ ਮੇਰੀ ਬੇਨਤੀ ਆ, ਜਿੰਨੇ ਮੇਰੇ ਭਰਾ ਇਸ ਟਾਈਮ ਵੇਖਣ ਡੇ, ਚੱਲ ਬਹੁਤ ਜ਼ਿਆਦਾ ਨਹੀਂ ਦੇਖਣ ਡੇ, ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਉੱਥੇ ਲਿੰਕ ਭੇਜੋ ਜਿਹੜੇ ਭਰਾ ਕਹਿਣ ਡੇ ਆ ਕਿ ਮਲੇਸ਼ੀਆ ਦੀ ਜੇਲ੍ਹ ਦੇ ਵਿੱਚ ਆ ਅਤੇ ਇਹ ਇੱਦਾਂ, ਇਹ ਇੱਕ ਗੁੰਮਰਾਹ ਕਰਨ ਵਾਲੀ ਗੱਲ ਆ, ਠੀਕ ਆ ਜੀ। ਜੇ ਉਹ ਸੱਚੇ ਆ ਤਾਂ ਅਸੀਂ ਮਾਫ਼ੀ ਮੰਗਦੇ ਹਾਂ, ਅਤੇ ਜੇ ਵੀਡੀਓ ਅਸੀਂ ਸੱਚੇ ਹਾਂ ਤਾਂ ਫਿਰ ਇਸ ਫੋਟੋਆਂ ਨੂੰ ਨਾ ਸ਼ੇਅਰ ਵਾਇਰਲ ਕੀਤਾ ਜਾਵੇ, ਕਿਉਂਕਿ ਮੈਂ ਹਮੇਸ਼ਾ ਵੀਰੋ ਕੋਸ਼ਿਸ਼ ਕਰਦਾ ਕਿ ਆਪਣੇ ਪੇਜ ਤੋਂ ਜੇ ਕੋਈ ਭਰਾ ਨੂੰ ਕੋਈ ਪ੍ਰੋਬਲਮ ਆਉਂਦੀ ਹੈ, ਚਲੋ ਸੱਜਣ ਮਿੱਤਰ ਯਾਰ ਦੋਸਤ ਕਿਤੇ ਨਾ ਕਿਤੇ ਕੋਈ ਫੋਟੋ ਕੋਈ ਵੀਡੀਓ ਭੇਜ ਦਿੰਦੇ ਕਿ ਬਾਈ ਆਹ ਕੰਮ ਹੋ ਗਿਆ, ਵੀ ਸਾਡੀ ਕੋਈ ਨਾ ਕੋਈ ਕਿਸ ਤਰ੍ਹਾਂ ਤਰੀਕੇ ਨਾਲ ਸਾਡਾ ਬੰਦਾ ਸਾਨੂੰ ਲੱਭ ਪਏ। ਬਹੁਤ ਸਾਰੇ ਸੱਜਣ ਜਿਹੜੇ ਦੁਬਈ ਵਾਲੇ ਉਹਨਾਂ ਮੈਨੂੰ ਵੀ ਫੋਟੋਆਂ ਬਹੁਤ ਦਿੰਦੇ ਆ ਭੇਜੀਆਂ, ਆਹ ਗਰੁੱਪਾਂ ਵਾਲੇ ਪੇਜਾਂ ਵਾਲੇ ਅੱਜ ਸ਼ੇਅਰ ਕਰਨੇ ਫੋਟੋਆਂ ਦੇ 7-8 ਦਿਨ ਦੀਆਂ ਆਈਆਂ ਸਾਡੇ ਕੋਲ, ਲੱਭ ਪਿਆ ਵਾ, ਰੰਗੜ ਨਗਰ ਬਟਾਲੇ ਤੋਂ ਕਿੰਨੀ ਕੁ ਦੂਰ ਆ।
ਹਨਾ। ਫਿਰ ਇਹਨਾਂ ਬੰਦਿਆਂ ਨੂੰ ਇਹ ਵੀ ਨਹੀਂ ਪਤਾ ਕਿ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਵੀਰ ਦਾ ਸਿਰ ਤੇ ਪਿਓ ਨਹੀਂ ਹੈਗਾ, ਇਹਦੀ ਕੋਈ ਏਜੰਟ ਨਾਲ ਅਣਬਣ ਹੋਈ ਜਾਂ ਕਮਰੇ ਵਿੱਚ ਅਣਬਣ ਹੋਈ ਤੇ ਉਹਦਾ ਕਰਕੇ ਡਿਪਰੈਸ਼ਨ ਵਿੱਚ ਆ ਗਿਆ ਤੇ ਇਹ ਲਾਪਤਾ ਹੋ ਗਿਆ ਸੀਗਾ। ਹੁਣ ਇਹਦੇ ਤੁਸੀਂ ਆਡੀਓ ਸੁਣੀ ਆ, ਇਹਦਾ ਰਿਸ਼ਤੇਦਾਰ ਖੁਦ ਮੰਨਣ ਡਿਆ ਕਿ ਸਾਡਾ ਬੰਦਾ ਸਾਨੂੰ ਲੱਭਿਆ। ਹਜ਼ਾਰਾਂ ਮੈਸੇਜ ਦੁਬਈ ਵਾਲੇ ਗਲਫ ਵਾਲੇ ਵੀਰਾਂ ਦੇ ਆਉਂਦੇ ਆ। ਗੱਲ ਇਹ ਆ ਵੀ ਕਿਸੇ ਦੇ ਵੀਰ ਹੁਣ ਉਹਦੇ ਸਿਰ ਤੇ ਵਾਲ ਕੇਸ ਖੁੱਲੇ ਆ, ਹੁਣ ਬੰਦਾ ਵੈਸੇ ਹੀ ਵੀਡੀਓ ਵੇਖ ਕੇ ਹੋ ਜਾਂਦਾ ਗੁੰਮਰਾਹ ਜਿਹਾ ਜਾਂ ਦਿਲ ਭਿੱਜ ਜਾਂਦਾ ਕਿ ਕਿਸੇ ਮਾਂ ਦੇ ਪੁੱਤ ਦੀ ਮਦਦ ਕਰਨ ਨੂੰ ਹਨਾ, ਅਗਲੇ ਵੀਡੀਓ ਸ਼ੇਅਰ ਕਰ ਦਿੰਦੇ ਆ। ਹੁਣ ਤੁਸੀਂ ਵੀਰੋ ਆਪ ਸੋਚ ਸਕਦੇ ਹੋ ਕੀ ਸਹੀ ਤੇ ਕੀ ਗਲਤ ਆ। ਫਿਰ ਇੱਕ ਵਾਰੀ ਮੈਂ ਦਿਖਾਉਣਾ, ਆਹ ਦੇਖੋ ਆਹ ਉਹ ਵੀਰ ਜਿਹਦੀ ਇਹ ਫੋਟੋ ਆ। ਪਹਿਲਾਂ ਆਪਾਂ ਆਪਣੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇਹਦੀ ਵੀਡੀਓ ਵੀਰ ਦੀ ਕਿ ਕੀ ਇਹਦੇ ਨਾਲ ਭਾਣਾ ਵਾਪਰਿਆ, ਕੱਲਾ ਕੱਲਾ ਮਾਪਿਆਂ ਦਾ ਪੋਤ ਆ। ਪਹਿਲਾਂ ਮੈਂ ਵੀ ਵੀਰੋ ਇਸ ਗੱਲ ਦਾ ਮਜ਼ਾਕ ਸਮਝਦਾ ਸੀ ਵੀ ਸ਼ਾਇਦ ਕਿਸੇ ਨੇ ਸਾਡੇ ਨਾਲ ਮਜ਼ਾਕ ਕੀਤਾ, ਕਿਸੇ ਦੀ ਫੋਟੋ ਪਵਾ ਕੇ ਜਾਂ ਕਿੱਦਾਂ ਵਾ। ਪਰ ਹੌਲੀ ਹੌਲੀ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਵੀਰੋ ਪਤਾ ਲੱਗਾ ਵੀ ਇਹ ਵਾਕਿਆ ਹੀ ਵੀਰ ਅੰਜਮਨ ਸ਼ਹਿਰ ਵਿੱਚ ਨਵਾਂ ਆਇਆ, ਪੈਸੇ ਲਾ ਕੇ ਆਪਣੀਆਂ ਗਰੀਬੀਆਂ ਤੰਗੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ। ਫਿਰ ਹਮੇਸ਼ਾ ਵੀਰੋ ਹੁੰਦਾ ਇਹੋ ਮਨ 'ਚ ਕਿ ਚੱਲ ਜੇ ਸੱਚ ਗੱਲ ਆ ਤਾਂ ਸੱਚ ਦੁਨੀਆਂ ਦੇ ਸਾਹਮਣੇ ਆਉਣਾ ਚਾਹੀਦਾ। ਪਰ ਜਿਸ ਤਰ੍ਹਾਂ ਸਾਡੇ ਭਰਾ ਵਾਰ ਵਾਰ ਫੋਟੋ ਵਾਇਰਲ ਕਰ ਰਹੇ ਆ, ਉਹ ਦੁੱਖ ਵੀ ਇਸ ਗੱਲ ਦਾ ਲੱਗਦਾ ਕਿ ਬਾਈ ਫਿਰ ਜੇ ਇਹ ਆਹ ਫੋਟੋ ਵਾਲਾ ਵੀਰ ਨਹੀਂ ਆ ਤੇ ਫਿਰ ਆਹ ਕੌਣ ਆ। ਆਹ ਦੇਖੋ ਆਹ ਕਾਫੀ ਚਿਰ ਪਹਿਲਾਂ ਪੋਸਟ ਪਾਈ ਸੀਗੀ ਵੀ ਲਾਪਿਆ ਵਾ ਵੀਰ ਇਹ, ਹਨਾ। ਇਹ ਵੀ ਮੇਰੇ ਵਾਲੇ ਹੋਮ ਪੇਜ ਤੇ ਆ। ਹੁਣ ਇਸ ਤੋਂ ਪਹਿਲਾਂ ਇੱਕ ਵੀਡੀਓ ਵੀ ਮੈਂ ਵਾਇਰਲ ਕਰਾਂਗਾ ਕਿ ਜਿਹਦੇ ਵਿੱਚ ਇਸ ਵੀਰ ਦਾ ਜ਼ਿਕਰ ਵੀ ਕੀਤਾ ਸੀਗਾ ਵੀ ਕੀ ਇਹਨੂੰ ਪ੍ਰੋਬਲਮ ਆਈ, ਕੀ ਇਹਦਾ ਮਤਲਬ ਹੋਇਆ। ਅਤੇ ਸਾਨੂੰ ਤਾਂ ਇਹ ਵੀ ਪਤਾ ਨਹੀਂ ਸੀਗਾ ਵੀਰ ਇਹ ਡਬਈ ਦੇ ਵਿੱਚ ਅੰਜਮਨ ਸ਼ਹਿਰ ਹੈ ਜਾਂ ਕਿੱਥੇ ਕਿੱਦਾਂ ਵਾ। ਜੋ ਇਨਫੋਰਮੇਸ਼ਨ ਮਿਲੀ ਮੈਂ ਸਾਰੀ ਵੀਰੋ ਤੁਹਾਡੇ ਨਾਲ ਸ਼ੇਅਰ ਕੀਤੀ, ਸਾਂਝੀ ਕੀਤੀ। ਅਤੇ ਬੜਾ ਧੰਨਵਾਦ ਉਹਨਾਂ ਸੱਜਣਾਂ ਦਾ ਜਿਨ੍ਹਾਂ ਨੇ ਵਾਪਸ ਮੈਸੇਜ ਪਾਏ। ਪਰ ਅੱਜ 8 ਦਹਾਕਿਆਂ ਬਾਅਦ ਸਾਡੇ ਵੀਰ ਸਾਨੂੰ ਇਹ ਚੀਜ਼ਾਂ ਭੇਜ ਰਹੇ ਆ ਵੀ ਆਹ ਬੰਦਾ ਮਲੇਸ਼ੀਆ ਤੋਂ ਆ। ਇਹ ਦੁੱਖ ਇਸ ਕਰਕੇ ਲੱਗਦਾ ਵੀ ਅਸੀਂ ਉਹਨਾਂ ਨੂੰ ਮੈਸੇਜ ਕਰ ਕਰਕੇ ਵੀ ਕਹਿੰਦੇ ਵੀ ਵੀਰੇ ਪੋਸਟ ਡਿਲੀਟ ਕਰ ਲਓ ਕਿ ਇਹ ਗੱਲ ਬਿਲਕੁਲ ਸੱਚ ਨਹੀਂ ਗਈ ਹੈਗੀ, ਹਨਾ। ਚਲੋ ਬਾਕੀ ਵੀਰੋ ਮਾਫ ਕਰਨਾ, ਮਰਜ਼ੀ ਤੁਹਾਡੀ ਆ। ਹਾਂ ਇਹ 26 ਦਸੰਬਰ ਦੀ ਇਹ ਜਿਹੜੀ ਵੀਡੀਓ ਪਾਈ ਗਈ ਆ ਇਸੇ ਪੇਜ ਤੇ, ਆਹ ਦੇਖੋ। ਇਹ 26 ਦਸੰਬਰ ਦੀ ਆ। ਆਹ ਦੇਖੋ ਫੋਟੋ ਨਾਲ ਜੁੜੀ ਆ। ਅੱਛਾ ਵੀਰ ਜੀ ਧੰਨਵਾਦ। ਦਿਨ ਚੜ੍ਹਿਆ ਸੁੱਖਾਂ ਨਾਲ ਬਤੀਤ ਹੋਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਤੇ ਸਾਡੇ ਜਿਹੜੇ ਯੂਰਪ ਵਾਲੇ ਗਲਫ ਵਾਲੇ ਵੀਰ ਆ, ਜਾਨੀ ਪਰਦੇਸੀ NRI ਵੀਰ ਆ ਜਿਹੜੇ ਆਪਣੇ ਦੂਰ ਆਪਣਾ ਚੋਗਾ ਚੁਗਣ ਆਏ ਆ, ਆਪਣੀ ਮਿਹਨਤ ਕਰਨ ਆਏ ਆ, ਰੱਬ ਉਹਨਾਂ ਦੇ ਸੱਚੇ ਪਾਤਸ਼ਾਹ ਕਿਰਪਾ ਕਰੇ। ਬਸ ਹੱਥ ਬੰਨ ਕੇ ਬੇਨਤੀ, ਲਿੰਕ ਕੱਢ ਦਿਓ ਜਿੱਥੇ ਤੁਹਾਨੂੰ ਲੱਗਦਾ ਕਿ ਉਹ ਫੋਟੋ ਗਲਤ ਵਾਇਰਲ ਹੋ ਰਹੀ ਆ। ਧੰਨਵਾਦ। ਮੈਂ ਤੁਹਾਡਾ ਆਪਣਾ ਲਾਲੀ ਵੀਰ ਬਟਾਲੇ ਵਾਲਾ। ਵੀਡੀਓ ਦੱਬ ਕੇ ਸ਼ੇਅਰ ਕਰਨ ਨੂੰ ਵੀਡੀਓ ਇਸ ਕਰਕੇ ਕਹਿੰਦਾ ਵੀ ਤੁਹਾਡੀ ਮਦਦ ਦੇ ਨਾਲ ਕਿਸੇ ਨੂੰ ਸਹੀ ਟਿਕਾਣਾ, ਸਹੀ
ਇਨਫੋਰਮੇਸ਼ਨ ਮਿਲ ਜਾਵੇ ਤਾਂ ਵੀਰ ਅੱਜ ਦੇ ਜਿਹੜੇ 10 ਮਿੰਟ ਕੱਢੇ ਆ ਨਾ ਉਹ ਭਰਾ ਵਾਸਤੇ ਉਹ ਸਫਲ ਹੋ ਜਾਣਗੇ। ਧੰਨਵਾਦ, ਸਤਿ ਸ਼੍ਰੀ ਅਕਾਲ।